ਬੱਸ ਆਪਰੇਟਰ ਯੂਨੀਅਨ ਦੇ ਮੈਂਬਰਾਂ ਵੱਲੋਂ ਆਰਟੀਏ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਰਟੀਏ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉੱਤੇ ਮਿੰਨੀ ਬੱਸ ਆਪਰੇਟਰ ਯੂਨੀਅਨ ਦੇ ਸੀਨੀਅਰ ਉਪ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਉੱਤੇ ਦੌੜ ਰਹੇ ਗੈਰ ਕਾਨੂੰਨੀ ਆਟੋ ਰਿਕਸ਼ਾ ਨੂੰ ਬੰਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਆਰਟੀਏ ਦਫ਼ਤਰ ਪੁੱਜੇ ਹਨ। ਮੈਂ ਮਿੰਨੀ ਬੱਸ ਯੂਨੀਅਨ ਤੋਂ ਹਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਿੰਨੀ ਬੱਸ ਯੂਨੀਅਨ ਤੋਂ ਆਰਟੀਏ ਸਾਹਿਬ ਨੂੰ ਅੱਜ ਅਸੀਂ ਮਿਲਣ ਵਾਸਤੇ ਮੈਰੈਂਡਮ ਦੇਣ ਵਾਸਤੇ ਆਏ ਹਾਂ ਜੋ ਨਜਾਇਜ਼ ਸਾਡੇ ਰੂਟਾਂ ਦੇ ਆਟੋ ਚੱਲ ਰਹੇ ਨੇ ਆਟੋ ਰਿਕਸ਼ਿਆਂ ਦੇ ਸੰਬੰਧ ਵਿੱਚ। ਆਰਟੀਏ ਸਾਹਿਬ ਨੂੰ ਅਸੀਂ ਸਤਿ ਸ਼੍ਰੀ ਅਕਾਲ ਬੁਲਾ ਕੇ ਆਰਟੀਏ ਸਾਹਿਬ ਨੂੰ ਕਿਹਾ ਜੀ ਆ ਇਸ ਤਰ੍ਹਾਂ ਸਾਡੇ ਕੋਲ ਜਿਹੜੇ ਅੱਧੀਆਂ ਬੱਸਾਂ ਚੱਲ ਰਹੀਆਂ ਨੇ ਅੱਧੀਆਂ ਆਟੋ ਦੀ ਮਾਰਨ ਕਾਰਨ ਹੀ ਖਲੋ ਗਈਆਂ ਨੇ। ਆਰਟੀਏ ਸਾਹਿਬ ਕਹਿੰਦੇ ਨੇ ਕਿ ਮੇਰੇ ਕੋਲ ਇੱਕ ਆਰਟੀਏ ਛੋਟਾ ਆਰਟੀਏ ਹੈਗਾ ਸੀ ਉਹਦੀ ਬਦਲੀ ਹੋ ਗਈ ਅਤੇ ਉਹਨੇ ਚਾਰਜ ਜਲੰਧਰ ਜਾ ਕੇ ਲੈ ਲਿਆ ਹੈ ਅਤੇ ਮੇਰੇ ਕੋਲ ਚੈਕਿੰਗ ਕਰਨ ਵਾਲਾ ਕੋਈ ਨਹੀਂ। ਅਸੀਂ ਕਿਹਾ ਸਰ ਇਹ ਕੋਈ ਜਵਾਬ ਨਹੀਂ, ਅੱਜ ਤੋਂ 15 ਦਿਨ ਪਹਿਲਾਂ ਅਸੀਂ ਤੁਹਾਨੂੰ ਮੈਰੈਂਡਮ ਦਿੱਤਾ ਸੀ ਕਿ ਆਟੋ ਰਿਕਸ਼ੇ ਬੰਦ ਕਰਨ ਦੇ ਸੰਬੰਧ ਵਿੱਚ। ਕਹਿੰਦੇ ਕੋਈ ਗੱਲ ਨਹੀਂ ਦਿੱਤਾ ਸੀ ਅਸੀਂ ਉਸ ਟਾਈਮ 'ਤੇ ਸਾਡਾ ਮੁੰਡਾ ਮੈਰੈਂਡਮ ਦੇਣ ਲੱਗਿਆ ਫੋਟੋ ਲਾ ਲੱਗਾ ਸੀ। ਆਰਟੀਏ ਸਾਹਿਬ ਕਹਿੰਦੇ ਇਹ ਮੋਬਾਈਲ ਉਹਨਾਂ ਮੈਨੂੰ ਫੜਾ ਦਿਓ, ਹੱਥ 'ਚੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਅਸੀਂ ਕਿਹਾ ਅਸੀਂ ਮੋਬਾਈਲ ਨਹੀਂ ਦੇਣਾ। ਆਰਟੀਏ ਸਾਹਿਬ ਨੇ ਭੁਆ ਕੇ ਸਾਡੀ ਲਿਖਤ ਜਿਹੜੀ ਆ ਮੈਰੈਂਡਮ ਦੇਣ ਲੱਗੇ ਉਹ ਥੱਲੇ ਸੁੱਟ ਕੇ ਤਿਆਰ ਨੇ ਕਿਹਾ ਜਾਓ ਜਿੱਥੇ ਤੁਹਾਡੇ ਕੋਲ ਜ਼ੋਰ ਲੱਗਦਾ ਜਾ ਕੇ ਆਟੋ ਬੰਦ ਕਰਾ ਕੇ ਵਿਖਾ ਦਿਓ ਮੈਨੂੰ। ਅਤੇ ਅਸੀਂ ਗੱਲ ਕੀਤੀ ਸੀ ਕਿ ਜੋ ਤਿੰਨ ਤਿੰਨ ਧਾਗਾਂ ਦੇ ਉੱਤੇ ਵੀਹ ਧਾਗਾਂ ਲੱਦ ਕੇ ਟਰੱਕ ਓਵਰਲੋਡ ਚੱਲ ਰਹੇ ਨੇ ਆਰਟੀਏ ਸਾਹਿਬ ਉਹ ਤੁਹਾਡੀ ਨਜ਼ਰ 'ਚ ਚੱਲ ਰਹੇ ਨੇ ਜੋ ਨਿਊ ਅੰਮ੍ਰਿਤਸਰ ਪਿਛਲੇ ਸਮੇਂ ਦੇ ਵਿੱਚ ਜਦੋਂ ਆਰਟੀਏ ਸਾਹਿਬ ਨੇ ਚਾਰਜ ਲਿਆ ਸੀ। ਤੁਹਾਨੂੰ ਸਾਰੇ ਮੇਰੇ ਵੀਰਾਂ ਨੂੰ ਪਤਾ ਵਾ, ਖਬਰ ਵੀ ਆਈ ਸੀ ਕਿ ਇਹਨੇ ਫਲਾਈਓਵਰ ਥੱਲੇ ਉਤਰਦਿਆਂ ਅੱਗੇ ਨਾਕਾ ਪਹਿਲੇ ਦਿਨ ਨਾਕਾ ਲਾਇਆ ਸੀ ਜੋ ਇੱਕ ਟੂਰਿਸਟ ਬੱਸ ਆ ਰਹੀ ਸੀ ਅੱਗੇ ਨਾ ਇੱਕ ਟਰੱਕ ਰੋਕਿਆ ਸੀ ਭੱਜ ਕੇ ਨਾ ਜਾ ਕੇ ਫਟਾਫਟ ਟੂਰਿਸਟ ਬੱਸ ਨੂੰ ਭੱਜ ਕੇ ਯੂਪੀ ਦਾ ਨੰਬਰ ਦੇਖ ਕੇ ਨੱਥ ਦਿੱਤਾ। ਉਹਨੇ ਸਪੀਡ ਦੇ ਵਿੱਚ 60 ਸਪੀਡ 'ਤੇ ਉਹ ਜਾਂ 40 ਦੇ ਪੁਲ ਉੱਤਰ ਰਹੀ ਹੋਈ ਤਰਾਈ ਦੇ ਵਿੱਚ ਉਹ ਬੱਸ ਜਿਹੜੀ ਸਿੱਧੀ ਜਾ ਕੇ ਟਰੱਕ ਦੇ ਵਿੱਚ ਵੱਜ ਗਈ। ਜਿਹੜਾ ਟਰੱਕ ਸੀ ਗਾੜੀ ਖੜ੍ਹੇ ਰੇਤਾਂ 'ਤੇ ਟਰੱਕ ਵਿੱਚ ਵੱਜ ਕੇ ਇੱਕ ਬੰਦਾ ਨਾਲ ਬੈਠੇ ਪਟਿਆਲੇ ਤੋਂ ਆਈ ਗੱਡੀ ਦੇ ਟਰੱਕ ਸੀ PB11 ਨੰਬਰ ਉਹਦਾ ਟਿੱਪਰ ਟਰੱਕ ਦਾ ਨੰਬਰ ਸੀ ਅਤੇ ਉਹ ਬੰਦਾ ਮੌਕੇ 'ਤੇ ਹੀ ਮਰ ਗਿਆ। ਜਿਸ 'ਤੇ ਆਰਟੀਏ ਨੇ ਇੱਕ ਮਿੰਟ ਨਹੀਂ ਲਾਇਆ ਫਟਾਫਟ ਬੰਦੇ ਭੇਜ ਕੇ ਉੱਥੋਂ ਦੇ SHO ਦੇ ਨਾਲ ਮੌਕਾ ਵਿਖਾਲ ਕੇ ਅਤੇ ਉਹ ਡਰਾਈਵਰ ਬੱਸ ਡਰਾਈਵਰ 'ਤੇ ਇਹ ਖਬਰ ਦੇ ਦਿੱਤੀ ਕਿ ਓਵਰ ਸਪੀਡ ਦੇ ਵਿੱਚ ਆ ਰਹੀ ਬੱਸ ਜਿਹੜੀ ਉਹ ਟਰੱਕ ਵਿੱਚ ਵੱਜ ਗਈ। ਇਹ ਖਬਰ ਕਿਤੇ ਨਹੀਂ ਆਈ ਕਿ ਆਰਟੀਏ ਸਾਹਿਬ ਨੇ ਅੱਗੇ ਵੀ ਟਰੱਕ ਡੱਕਿਆ ਸੀ ਅਤੇ ਪਿੱਛੇ ਵੀ ਟਰੱਕ ਖੜ੍ਹਾ ਸੀ ਅਤੇ ਉਹ ਖੜ੍ਹਾ ਕਲਿੰਡਰ ਵਿੱਚ ਡਰਾਈਵਰ ਕਾਗਜ਼ ਵਿਖਾ ਰਿਹਾ ਸੀ, ਖੜ੍ਹਾ ਕਲਿੰਡਰ ਮੌਕੇ 'ਤੇ ਹੀ ਮਰ ਗਿਆ ਜਿਸ ਦਾ ਆਰਟੀਏ ਸਾਹਿਬ ਨੂੰ ਕੋਈ ਖਨਵਾਜਾ ਨਹੀਂ, ਕਿਸੇ ਨੇ ਕੁਝ ਨਹੀਂ ਪੁੱਛਿਆ। ਹਾਲਾਂਕਿ ਆਰਟੀਏ ਸਾਹਿਬ ਨੂੰ ਇਹਨਾਂ ਰੂਲਾਂ ਦਾ ਪਤਾ ਹੋਣਾ ਚਾਹੀਦਾ ਜਿਹੜੇ ਲੋਕਾਂ ਨੂੰ ਟਰੈਕ 'ਤੇ ਸਮਝਾਉਂਦੇ ਨੇ, ਟ੍ਰੇਨਿੰਗਾਂ ਦਿੰਦੇ ਨੇ ਕਿ ਫਲਾਈਓਵਰ ਦੇ ਥੱਲੇ ਉਤਰਾਈ ਤੋਂ ਥੱਲੇ ਨਾਕਾ ਨਹੀਂ ਬਣਦਾ, ਨਹੀਂ ਲਾ ਸਕਦੇ। ਇਹਨਾਂ ਤਰਾਈ ਤੋਂ ਥੱਲੇ ਵੀ ਨਾਕਾ ਲਗਾਇਆ ਅਤੇ ਇਹ ਆਰਟੀਏ ਸਾਹਿਬ ਜਿਹੜੇ ਨੇ ਦਿਨ ਦੀ ਭ੍ਰਿਸ਼ਟਾਚਾਰ 'ਤੇ ਧੱਕਾ ਕਰ ਰਹੇ ਨੇ ਸਾਡੇ ਨਾਲ। ਅਤੇ ਇੱਕ ਬਗੀਚਾ ਸਿੰਘ ਆ ਉਹਨੇ ਸਾਰੀਆਂ ਸੀਟਾਂ ਹੀ ਵੇਚੀਆਂ ਨੇ। ਉਹ ਕਹਿੰਦਾ ਮੇਰਾ ਫਾਦਰ ਸਾਹਿਬ ਕਿਸਾਨ ਯੂਨੀਅਨ ਦਾ ਪ੍ਰਧਾਨ ਆ, ਤੁਸੀਂ ਜਿੱਥੇ ਮਰਜ਼ੀ ਜ਼ੋਰ ਲਾ ਲਓ, ਮੈਨੂੰ ਕੋਈ ਪਰਵਾਹ ਨਹੀਂ, ਇਹੋ ਜਿਹੇ ਧਰਨਿਆਂ ਤੋਂ ਮੈਂ ਨਹੀਂ ਡਰਦਾ। ਉਹ ਸਾਨੂੰ ਆਹ ਬਿਲਡਿੰਗ ਬੋਲਦਾ, ਇੱਕ ਡਰਾਈਵਰ ਦਾ 5-10 ਨੂੰ ਅਸੀਂ ਫੋਟੋ ਕਰਾਈ ਆ, 5 ਤਰੀਕ ਨੂੰ ਇਸ 5 ਨੂੰ 11 ਨੂੰ ਅਪਰੂਵਲ ਇਹਨੇ ਬਗੀਚੇ ਨੇ ਕਿਹਾ ਮੈਂ ਪਾ ਦਿੱਤੀ ਆ। ਉਹ ਅਪਰੂਵਲ ਪੈਣ ਤੋਂ ਬਾਅਦ ਵੀ ਸਾਨੂੰ ਅਸੀਂ 5 ਫੇਰੇ ਮਾਰੇ ਨੇ, ਅਸੀਂ ਬਕਾਇਦਾ ਇਹਦੇ ਵਿੱਚ ਲਿਖਤੀ ਕੀਤਾ ਵਾ ਜਿਹੜੇ ਜਿਹੜੇ ਟਾਈਮ 'ਤੇ ਅਸੀਂ ਮਿਲੇ ਹਾਂ, ਪਰ ਸਾਡੀ ਕੋਈ ਵੀ ਕਿਤੇ ਸੁਣਵਾਈ ਨਹੀਂ ਹੋਈ ਕਿਸੇ ਨੇ। ਇਹੋ ਹੀ ਆ, 1,000 ਰੁਪਈਆ ਟੈਸਟ ਪਾਸ ਦਾ ਲਿਆ ਜਾਂਦਾ ਵਾ, ਜੇ ਤੁਹਾਡੇ ਕੋਲ 1,000 ਰੁਪਈਆ ਹੈਗਾ ਵਾ ਫਿਰ ਤੁਹਾਡਾ ਸਾਰਾ ਕੁਝ ਜ਼ਰੂਰੀ ਨਹੀਂ ਹੋਊਗਾ। ਟਰੈਕ ਦੇ ਉੱਤੇ ਐਤਵਾਰ 30/9 ਨੂੰ 120 ਲਾਈਸੈਂਸ ਜਿਹੜੇ ਉੱਥੇ ਨੇ ਉਹ ਪਹਿਲਾਂ ਹੈਗੀਆਂ ਨੇ ਮੌਕੇ 'ਤੇ ਜਿਹੜੇ ਲਾਈਸੈਂਸ ਬਣ ਗਏ ਨੇ, 120 ਲਾਈਸੈਂਸ 30/9 ਨੂੰ ਐਤਵਾਰ ਨੂੰ ਉੱਥੇ ਟੈਸਟ ਲਏ ਗਏ ਨੇ ਜਿਹੜੇ ਇਹ ਆਰਟੀਏ ਦੀ ਰਹਿਨਮਾਈ ਦੇ ਵਿੱਚ ਸਾਰੇ ਹੋਏ ਨੇ।
ਤੇ ਇਹ ਨਾਂ ਲਾਇਆ ਗਿਆ ਕਿ ਕਲਰਕਾਂ ਨੇ ਕੀਤੇ ਨੇ। ਕਲਰਕ ਕਿਸ ਤਰ੍ਹਾਂ ਕਰ ਸਕਦੇ ਨੇ ਆਰ ਟੀ ਏ ਤੋਂ ਬਗੈਰ? ਆਰ ਟੀ ਏ ਹੀ ਇੱਥੋਂ ਦਾ ਇੰਚਾਰਜ ਆ, ਆਰ ਟੀ ਏ ਦਾ ਫਰਜ਼ ਬਣਦਾ ਕਿ ਦਫ਼ਤਰ ਖੁੱਲ੍ਹਾ ਐਤਵਾਰ ਕੇ ਬੰਦ ਹੈ, ਆਰ ਟੀ ਏ ਦੀ ਰਹਿਨੁਮਾਈ ਦੇ ਸਾਰਾ ਕੁਝ ਹੋਇਆ ਵਾ। ਅਤੇ ਆਰ ਟੀ ਏ ਇਹ ਗੱਡੀ ਅਸੀਂ ਇਹਦੇ ਗਾੜੀ ਬੈਠੇ ਹਾਂ ਕਿ ਸਾਨੂੰ ਇਨਸਾਫ਼ ਦੇ ਗਏ ਅਤੇ ਤੁਸੀਂ ਚਲੇ ਜਾਓ। ਸਾਨੂੰ ਦੱਸੋ ਸਾਨੂੰ ਕਿਸ ਤਰ੍ਹਾਂ ਜਵਾਬ ਦਿੱਤਾ ਗਿਆ, ਟੈਕਸ ਦੇ ਰਹੇ ਸਰਕਾਰ ਨੂੰ, ਸਾਨੂੰ ਇਹ ਜਵਾਬ ਕਿਹੜੀ ਤਰ੍ਹਾਂ ਦਾ ਵਾ? ਜਾਂ ਅਸੀਂ ਬੱਸਾਂ ਖਿਲਾਰ ਦਾਂਗੇ। ਜਦ ਤੱਕ ਉਹਨੇ ਕਿਹਾ ਜੋ ਮਰਜ਼ੀ ਕਰ ਲਓ, ਅਸੀਂ ਆਣ ਕੇ ਗੇਟ 'ਤੇ ਗਾੜੀ ਬੈਠ ਗਏ ਹਾਂ ਅਤੇ ਉਹ ਗੱਡੀ ਜਿਹੜੀ ਇੱਥੇ ਇਹਨਾਂ ਦੀ ਉਦੋਂ ਰੋਕ ਗਈ। ਆਪ ਆਰ ਟੀ ਸਾਹਿਬ ਬਗੀਚਾ ਸਿੰਘ ਦੀ ਗੱਡੀ ਹੈਗੀ ਆ, ਉੱਥੇ ਚਲੇ ਗਏ ਨੇ। ਸਾਨੂੰ ਕੋਈ ਇਨਸਾਫ਼ ਜਾਂ ਮਿਲਣ ਦੀ ਕੋਈ ਦੁਆਰ ਨਹੀਂ ਲਾਈ ਗਈ।